ਲਾਓ ਬਈ ਜੋ ਬੋਲੇ ਸੋਨ ਰੁਪਏ, ਜੋ ਬੋਲੇ ਸੋਨ ਰੁਪਏ, ਜੋ ਬੋਲੇ ਸੋਨ ਰੁਪਏ, ਜੋ ਬੋਲੇ ਸੋਨ ਰੁਪਏ, ਜੋ ਬੋਲੇ ਸੋਨ ਰੁਪਏ। ਉੱਚੀ ਬੋਲੋ ਧੰਨ ਗੁਰੂ ਦੇ ਜੈ ਭੀਮ ਜੈ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਤਲਣ ਸਾਹਿਬ ਪਿੰਡ ਤੋਂ ਜਿਹੜਾ ਪਿੱਛੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਹੀ ਬੜੇ ਵੱਡੇ ਪੱਧਰ ਦੇ ਉੱਪਰ ਜਿਹੜਾ ਪ੍ਰਕਾਸ਼ ਜਿਹੜਾ ਮਨਾਇਆ ਗਿਆ, ਜਿਸ ਵਿੱਚ ਲੋੜਵੰਦ ਪਰਿਵਾਰਾਂ ਨੂੰ ਵੀ ਵੀਲਚੇਅਰਾਂ ਸਿਲਾਈ ਮਸ਼ੀਨਾਂ ਅਤੇ ਕੰਨਾਂ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ ਅਤੇ ਜਿਹੜੇ ਬੱਚੇ ਅੱਵਲ ਦਰਜੇ 'ਤੇ ਆਏ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਅੱਜ ਚੰਨ ਛੋ ਧਰਤੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ, ਸ਼੍ਰੀ ਗੁਰਾੜਗੜ੍ਹ ਸਾਹਿਬ ਅਤੇ ਜਿਹੜੀਆਂ ਅੱਜ ਬੱਸਾਂ ਜਿਹੜੀਆਂ ਤਿੰਨ ਬੱਸਾਂ ਜਿਹੜੀਆਂ ਅੱਜ ਪਿੰਡ ਤਲਣ ਸਾਹਿਬ ਤੋਂ ਜਿਹੜੀਆਂ ਗੁਰਾੜਗੜ੍ਹ ਸਾਹਿਬ ਨੂੰ ਜਾਣੀਆਂ, ਜਿਸ ਵਿੱਚ ਸਾਰੀਆਂ ਸੰਗਤਾਂ ਜਿਹੜੀਆਂ ਪੂਰੇ ਪਿੰਡ ਨਿਵਾਸੀ ਜਿਹੜੇ ਆ ਸਾਰੇ ਜਾ ਰਹੇ ਆ। ਸੋ ਮੈਂ ਇਹੀ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵੀ ਆਪਾਂ ਜਿਹੜਾ ਇਸ ਤੋਂ ਬਾਅਦ ਬਠਿੰਡੇ ਵਿੱਚ ਬਾਬਾ ਯੋਗੀ ਵੀਰ, ਉਸ ਤੋਂ ਬਾਅਦ ਕਾਂਚੀ ਬਨਾਰਸ ਨੂੰ ਦੋ ਡੱਬੇ ਟ੍ਰੇਨਾਂ ਦੇ ਅਤੇ ਜਿਹੜੇ ਹੋਰ ਇਤਿਹਾਸਿਕ ਸਾਡੇ ਸਥਾਨ ਹਨ ਉਹ ਸਾਰੇ ਤੀਰਥ ਸਥਾਨਾਂ ਦੇ ਉੱਪਰ ਜਿਹੜਾ ਇੱਦਾਂ ਜਿਹੜੀ ਆ ਯਾਤਰਾ ਜਿਹੜੀ ਆ ਉਹ ਲੈ ਕੇ ਜਾਂਦੇ ਰਹਾਂਗੇ। ਸੋ ਅਸੀਂ ਇਹੀ ਚਾਹੁੰਦੇ ਹਾਂ ਵੀ ਜੋ ਗੁਰੂ ਰਵਿਦਾਸ ਮਹਾਰਾਜ ਦਾ ਸੁਪਨਾ ਸੀ ਬੇਗੋਪੁਰੇ ਦਾ, ਉਹ ਆਪਾਂ ਇੱਦਾਂ ਹੀ ਹਰ ਸਮਾਜ ਰਲ ਮਿਲ ਕੇ ਮਨਾਈਏ। ਸੋ ਮੈਂ ਸਾਰਿਆਂ ਦਾ ਸਤਿਕਾਰ ਵੀ ਕਰਦਾ। ਅੱਜ ਸਾਡੇ ਵਿੱਚ ਮਨਜੀਤ ਬੁੱਢਾ ਜੀ ਭਾਅ ਜੀ ਜੋ ਸਾਬਕਾ ਸਰਪੰਚ ਸਾਹਿਬ ਆ ਉਹ ਵੀ ਪਹੁੰਚੇ ਵਿਸ਼ੇਸ਼ ਤੌਰ 'ਤੇ, ਕਿਉਂਕਿ ਆਪਣਾ ਪਿੰਡ ਤਲਣ ਜਿਹੜਾ ਮੈਂ ਪਿੱਛੇ ਜੇ ਵੀ ਕਿਹਾ ਸੀ ਬਾਬਾ ਸਾਹਿਬ ਅੰਬੇਦਕਰ ਜੀ ਪ੍ਰਕਾਸ਼ ਦਿਹਾੜੇ 'ਤੇ ਵੀ ਸਾਡਾ ਪਿੰਡ ਜਿਹੜਾ ਆਪਾਂ ਮਿਸਾਲ ਬਣਾਵਾਂਗੇ, ਜਿਸ ਵਿੱਚ ਹਰ ਭਾਈਚਾਰਾ ਜਿਹੜਾ ਸਾਂਝੇ ਤੌਰ 'ਤੇ ਹਰ ਜਿਹੜੇ ਤਿਉਹਾਰ ਆ ਪ੍ਰੋਗਰਾਮ ਆ ਬਾਕੀ ਸਮਾਗਮ ਆ ਉਹ ਰਲ ਮਿਲ ਕੇ ਇੱਥੇ ਮਨਾਉਂਦਾ। ਸੋ ਧੰਨ ਧੰਨ ਸ਼ਹੀਦ ਬਾਬਾ ਹਰਨਾਮ ਸਿੰਘ, ਬਾਬਾ ਨਿਹਾਲ ਸਿੰਘ ਮਹਾਰਾਜ ਦਾ ਵੀ ਜਿਹੜਾ ਅਗਲੇ ਮਹੀਨੇ ਜਿਹੜਾ ਉਹ ਜੋੜ ਮੇਲਾ ਆ ਰਿਹਾ ਉਹ ਵੀ ਇੱਥੇ ਰਲ ਮਿਲ ਕੇ ਸਾਰਾ ਸਮੁੱਚਾ ਸਮਾਜ ਇੱਥੇ ਮਨਾਵੇਗਾ। ਸੋ ਸਾਡੇ ਵਿੱਚ ਬਲਵਿੰਦਰ ਭਾਈ ਬਿੱਟੂ ਭਾਈ ਸਾਡੇ ਸਰਪੰਚ ਸਾਹਿਬ ਪਹੁੰਚੇ ਆ। ਸੋ ਸਾਰਿਆਂ ਦਾ ਮੈਂ ਸਤਿਕਾਰ ਜੋ ਪਿੰਡ ਵਾਸੀਆਂ ਦਾ। ਸੋ ਇੱਦਾਂ ਹੀ ਆਪਾਂ ਰਲ ਮਿਲ ਕੇ ਅੱਗੇ ਵੀ ਜਿਹੜਾ ਕਾਰਜ ਜਿਹੜੇ ਆ ਭਲਾਈ ਦੇ ਕਰਦੇ ਰਹਾਂਗੇ। ਸੋ ਇੱਕ ਹੋਰ ਚੀਜ਼ ਆ ਵੀ ਸ਼ਹੀਦ ਬਾਬਾ ਨਿਹਾਲ ਸਿੰਘ ਬਾਬਾ ਹਰਨਾਮ ਸਿੰਘ ਜੋੜ ਮੇਲੇ ਦੇ ਉੱਪਰ ਇੱਕ ਅਨਾਊਂਸ ਕਰਨਾ ਵੀ ਜਿੱਥੇ ਕਿ IAS IPS ਅਤੇ ਜੁਡੀਸ਼ੀਅਲ ਦੇ ਜਿਹੜਾ ਕੋਚਿੰਗ ਸੈਂਟਰ ਆ ਉਹ ਆਪਾਂ ਫ੍ਰੀ ਕੋਚਿੰਗ ਸੈਂਟਰ ਦਾ ਉਦਘਾਟਨ ਵੀ ਜਿਹੜਾ ਉੱਥੇ ਤਹਿਸੀਲਦਾਰ ਜਿਹੜੇ ਸਾਡੇ ਸਿੱਧੂ ਸਾਹਿਬ ਆ ਉਹਨਾਂ ਕੋਲ ਕਰਾ ਕੇ ਜਾਵਾਂਗੇ ਤਾਂ ਜਲਦੀ ਆਪਾਂ ਨੂੰ ਬਿਲਡਿੰਗ ਵੀ ਜਿਹੜਾ ਬਣਾ ਸਕੀਏ। ਸੋ ਮੈਂ ਆਏ ਹੋਏ ਸਾਰਿਆਂ ਸੰਗਤਾਂ ਦਾ ਜੈ ਦਿਲੋਂ ਧੰਨਵਾਦ ਕਰਦਾ। ਇੱਦਾਂ ਹੀ ਆਪਾਂ ਰਲ ਮਿਲ ਕੇ ਲਈਏ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੁਖਦੇਵ ਸੋਨ ਰੁਪਏ ਸਤਿਗੁਰੂ ਰਵਿਦਾਸ ਮਹਾਰਾਜ ਕੀ।